ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਰਾਹਗੀਰਾਂ ਨੂੰ ਰਸਤੇ ਦੇ ਵਿੱਚ ਜਾਂਦਿਆਂ ਚੋਰਾਂ ਦੇ ਵੱਲੋਂ ਲੁੱਟ ਲਿਆ ਜਾਂਦਾ ਹੈ, ਤਾਂ ਇਸ ਤਰ੍ਹਾਂ ਦੀ ਇੱਕ ਅੱਜ ਵਾਰਦਾਤ ਜਿਹੜੀ ਹੈ ਇੱਕ ਬਜ਼ੁਰਗ ਅੰਮ੍ਰਿਤਧਾਰੀ ਵਿਅਕਤੀ ਦੇ ਨਾਲ ਹੋਈ ਹੈ, ਜੋ ਆਪਣੀ ਬੈਂਕ ਤੋਂ ਪੈਸੇ ਕਢਵਾ ਕੇ ਵਾਪਸ ਆ ਰਹੇ ਸਨ, ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਜਿਹੜਾ ਹੈ ਚੋਰਾਂ ਦੇ ਵੱਲੋਂ ਲੁੱਟ ਲਿਆ ਜਾਂਦਾ ਹੈ। ਤਾਂ ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਘੁਆੜਵਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਔਰ ਥਾਣਾ ਮਹਿਤਾ ਦੇ ਅਧੀਨ ਇਹ ਪਿੰਡ ਘੁਆੜਵਿੰਡ ਆਉਂਦਾ ਹੈ। ਤਾਂ ਇਹ ਅੰਮ੍ਰਿਤਧਾਰੀ ਜਿਹੜੇ ਗੁਰਸਿੱਖ ਵਿਅਕਤੀ ਨੇ, ਇਹਨਾਂ ਨੂੰ ਕੁਝ ਲੋਕਾਂ ਦੇ ਵੱਲੋਂ ਮੁੰਡਿਆਂ ਦੇ ਵੱਲੋਂ ਰੋਕ ਲਿਆ ਜਾਂਦਾ ਔਰ ਇਹਨਾਂ ਦੇ ਨਾਲ ਲੁੱਟ ਕਰ ਲਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ, ਇਹ ਕਿਸ ਤਰ੍ਹਾਂ ਤੁਹਾਡੇ ਨਾਲ ਜਿਹੜੀ ਇਹ ਲੁੱਟ ਦੀ ਵਾਰਦਾਤ ਹੋਈ ਹੈ ਜੀ? ਮੈਂ ਇੱਥੋਂ ਘਰੋਂ ਗਿਆ, ਘਰ ਕੋਈ ਲੋੜ ਸੀ ਤੇ ਪੈਸੇ ਕਢਾਏ ਬੈਂਕ ਦੇ ਵਿੱਚੋਂ, ਕੋਈ 30,000 ਰੁਪਇਆ ਮੈਂ ਕਢਾਇਆ। ਉਦੋਂ ਬਾਅਦ ਚ ਮੈਂ ਲੈ ਕੇ ਆਇਆ ਤੇ ਆਇਆ ਮੈਂ ਆਪਣੀ ਵੱਲੋਂ ਚੰਗੇ ਰਸਤੇ ਆਇਆ, ਗੁਰਦੁਆਰੇ ਦੇ ਲਾਗੋਂ ਨੀ ਲੰਘ ਕੇ ਆਇਆ। ਉੱਥੋਂ ਮੈਨੂੰ ਆਣ ਕੇ 2 ਬੰਦਿਆਂ ਨੇ ਰੋਕ ਲਿਆ। ਮੈਂ ਇਹਨਾਂ ਨੂੰ ਹਟਾਉਣ ਦਾ ਕਰਕੇ ਯਤਨ ਕੀਤਾ ਵੀ ਤੁਸੀਂ ਮੇਰੇ ਕੋਲ ਕੀ ਲੈਣਾ, ਪਰਾਂ ਹਟ ਜਾਓ। ਤੇ ਇਸ ਬੰਨੇ ਬੰਦੇ, ਦੂਸਰੇ ਬੰਨੇ 3-4 ਬੰਦੇ ਹੋਰ ਸੀ। ਮੈਂ ਸਮਝਿਆ ਕੋਈ ਮੈਨੂੰ ਛਡਾਉਣਗੇ, ਉਹਨਾਂ ਵੀ ਫੜ ਕੇ ਮੈਨੂੰ 5-4 ਬੰਦਿਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਉੱਥੋਂ ਮੁੱਕੀਆਂ ਵੀ ਮਾਰਿਆ, 2 ਕੱਟਾਂ ਵੀ ਹੈ ਨਿੱਕੀਆਂ ਨਿੱਕੀਆਂ। ਬਸ ਇੰਨਾ ਕਿਤੇ ਮੁੜ ਕੇ ਉਹ ਮੇਰੇ ਕੋਲ ਪੈਸੇ ਲੈ ਕੇ ਸਭ ਕੁਛ। ਤੇ ਕਿੰਨੇ ਕਿੰਨੇ ਪੈਸੇ ਬਾਬਾ ਜੀ ਤੁਹਾਡੇ ਕੋਲੋਂ ਲੁੱਟੇ ਉਹਨਾਂ ਨੇ? ਮੇਰੇ ਕੋਲ 30,000 ਰੁਪਇਆ ਮਤਲਬ ਨਗਦ ਸੀ, ਕੁਛ ਮੇਰੇ ਜੇਬ 'ਚ ਅੱਗੇ ਸੀ, 3 ਹੋਏ, 2 ਹੋਏ, 4 ਹੋਏ, 9 ਦਿਨ ਪੈਸੇ। ਇਹਦੇ ਨਾਲ ਹੋਰ ਵੀ ਕੋਈ ਚੀਜ਼ ਤੁਹਾਡੇ ਕੋਲ, ਮੋਬਾਈਲ, ਪਰਸ ਜਾਂ ਕੋਈ ਬੈਂਕ ਦੇ ਡਾਕੂਮੈਂਟ ਵੀ? ਮੈਂ ਆਪਣੇ ਬਟੂਆ ਗਿਆ ਵਾ, ਨਾਲ ਹੀ ਮੋਬਾਈਲ ਗਿਆ, ਜੋ ਵੀ ਚੀਜ਼ ਹੈਗੀ ਸੀ ਮੇਰੇ ਕੋਲ ਉਹਨਾਂ ਲੈ। ਉਸ ਵਕਤ ਜਿਹੜਾ ਕੋਈ ਰਸਤੇ ਦੇ ਵਿੱਚ ਹੋਰ ਕੋਈ ਹੈ ਨੀ ਜੀ ਆਉਂਦਾ ਜਾਂਦਾ? ਉਸ ਵੇਲੇ ਮੇਰੇ ਲਾਗੇ ਕੋਈ ਨੀ, ਨਾ ਮੈਨੂੰ ਦੱਸਿਆ, ਮੈਂ ਘਬਰਾ ਗਿਆ। ਬਾਅਦ ਚ ਮੇਰੇ ਤੋਂ ਬਾਅਦ ਜਦੋਂ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨੱਠ ਗਏ, ਉਦੋਂ ਮੇਰੇ ਕੋਲ ਗੱਡੀ ਆਈ ਆ ਤੇ ਉਹਨਾਂ ਨੂੰ ਮੈਂ ਰੋਕਿਆ। ਉਹਨਾਂ ਮੈਨੂੰ ਹੌਸਲਾ ਦਿੱਤਾ ਵੀ ਜੇ ਤੂੰ ਜਾ ਸਕਦਾ ਤੇ ਚਲੇ, ਨਹੀਂ ਤਾਂ ਅਸੀਂ ਤੈਨੂੰ ਗੱਡੀ ਦੇ ਘਰ ਛੱਡ ਆਉਂਦੇ। ਉਦੋਂ ਨੂੰ ਮੇਰੇ ਕੋਲ ਮੇਰੀ ਚਾਬੀ ਹੈ ਨੀ, ਉਹ ਆਂਦੇ ਚਾਬੀ ਉਹਨਾਂ ਦੱਸਦਾ ਵੀ ਆ ਚੱਪੀ ਦੇ ਦੇ ਚਾਬੀ ਆਪਾਂ ਨੂੰ ਕਿਸੇ। ਬਸ ਇੱਥੋਂ ਗੱਲ ਫਿਰ ਆਪਾਂ ਜਿੱਥੇ ਜੇ ਪੜਿਆ ਆਸਤੇ ਆਸਤੇ ਆ ਗਏ ਹਾਂ। ਮਗਰ ਇੱਕ ਬੰਦਾ ਆਇਆ ਮੇਰੇ ਉਹ ਸਕੂਲੋਂ ਲੰਘ ਕੇ, ਮੈਨੂੰ ਦੱਸਿਆ ਕਹਿੰਦਾ ਬਾਪੂ ਤੇਰੇ ਨਾਲ ਬੜਾ ਚਾਂਸ ਹੋਇਆ ਪਰ ਉਹ ਨੇੜੀਆਂ ਹੋ ਗਏ ਆ ਜੋ ਮੋਟਰ। ਕਹਿੰਦਾ ਵੀ ਵੇਖਿਆ ਸੀ ਚਾਂਸ ਮੈਂ ਵੀ ਤੇਰੇ ਮਗਰ, 1-2 ਮਿੰਟਾਂ 'ਚ ਚਾਂਸ ਹੋ ਗਿਆ। ਤਾਂ ਤੁਸੀਂ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਕੋਈ? ਹਾਂਜੀ ਪੁਲਿਸ ਨੂੰ ਦਿੱਤੀ। ਪੁਲਿਸ ਵਾਲੇ ਆਉਂਦੇ ਕੈਮਰੇ ਚੈੱਕ ਕਰਾਂਗੇ, ਕੈਮਰੇ ਚੈੱਕ ਕਰਾਂਗੇ, ਇੱਕ ਕੀਤਾ ਵੀ ਆ ਉੱਥੋਂ ਨਹੀਂ ਉਹਨਾਂ ਨੂੰ ਕੁਛ ਲੱਭਾ, ਕੈਮਰਾ ਖੁੱਲ੍ਹਾ ਜੀ, ਫਿਰ ਆਉਂਦੇ ਕਰਾਂਗੇ। ਪਿੰਡ ਮਹਿਤੇ ਦੇ ਲਾਗੇ ਵਾਰਦਾਤ ਤੁਹਾਡੇ ਨਾਲ ਵਾਪਰੀ ਆ, ਉੱਥੇ ਦਮਦਮੀ ਟਕਸਾਲ ਦਾ ਜਿਹੜਾ ਘੱਲੂਘਾਰਾ ਸਮਾਗਮ ਜਿਹੜਾ ਉਹ ਵੀ ਚੱਲ ਰਹੇ ਆ, ਉੱਥੇ ਪੁਲਿਸ ਦੀਆਂ ਵੀ ਕਾਫੀ ਡਿਊਟੀਆਂ ਲੱਗੀਆਂ। ਉਸ ਵਕਤ ਉੱਥੇ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ ਮੇਰੇ ਲਾਗੇ ਜੀ? ਕੋਈ ਨਹੀਂ ਸੀ ਉੱਥੇ ਉਸ ਵੇਲੇ, ਲੋਕ ਨਹੀਂ ਸਕੂਲੇ, ਸਕੂਲ ਦੇ ਲਾਗੇ ਹੈਗੇ ਸੀ ਪਰ ਆਉਂਦਿਆਂ ਮੈਨੂੰ ਉਹ ਵੀ ਨਹੀਂ ਦਿੱਤੇ। ਮੈਂ ਘਬਰਾਇਆ ਹੋਇਆ ਮਸਾਂ ਆਪਣੇ ਘਰ ਪਹੁੰਚਿਆ ਵੀ ਘਰ ਚੱਲਿਆ ਰਾਹ। ਕੀ ਸਮਝਦੇ ਹੋ ਤੁਸੀਂ ਇਹ ਲੋਕ ਕੌਣ ਹੋ ਸਕਦੇ ਆ ਜਿਨ੍ਹਾਂ ਨੇ ਇਹ ਲੁੱਟ ਕੀਤੀ ਹੈ? ਮਹਾਰਾਜ ਜਾਣਦਾ ਜੀ ਆਪਾਂ ਨੂੰ ਕੀ ਪਤਾ, ਵਿੱਚ ਸਿਰ ਮੁਨੂੰ ਮੁੰਨੇ ਆ, ਪਰਨੇ ਬੰਨ ਲਈ ਦੇ ਮੋਟੇ ਮੋਟੇ, ਮਾੜੇ ਚੰਗੇ ਕੋਈ ਬੰਨ ਲੀਂਦਾ, ਆਪਣੇ ਕੋਈ ਪਛਾਣੀ ਨਹੀਂ ਗਈ। ਤਾਂ ਇਹ ਮੋਪੜ ਸੀਗੀ ਜਿਹਦੇ ਉੱਤੇ ਤੁਸੀਂ ਗਏ ਸੀ? ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਮੋਪੜ ਹੈ ਜਿਸ ਦੇ ਉੱਪਰ ਇਹ ਸਰਦਾਰ ਜੀ ਜਿਹੜੇ ਨੇ ਉਹ ਬੈਂਕ ਦੇ ਵਿੱਚ ਪੈਸੇ ਲੈਣ ਦੇ ਲਈ ਜਾਂਦੇ ਨੇ, ਤਾਂ ਜਦੋਂ ਵਾਪਸ ਪਰਤਦੇ ਨੇ ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ 4-5 ਵਿਅਕਤੀਆਂ ਵੱਲੋਂ ਰੋਕ ਕੇ ਲੁੱਟ ਲਿਆ ਜਾਂਦਾ ਹੈ। ਤਾਂ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਪਿੰਡ ਦੇ ਵੀ ਨੇ। ਸਰਪੰਚ ਸਾਹਿਬ, ਇਹ ਜਿਹੜੀਆਂ ਲੁੱਟਾਂ ਦੀਆਂ ਜਿਹੜੀਆਂ ਵਾਰਦਾਤਾਂ ਆਮ ਤੌਰ 'ਤੇ ਵੇਖਣ ਨੂੰ ਮਿਲ ਰਹੀਆਂ, ਕੀ ਸਮਝਦੇ ਹੋ ਕਿ ਇਹ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਇਹ ਆ, ਕੌਣ ਲੋਕ ਹੋ ਸਕਦੇ ਆ? ਇਹ ਜਿਹੜੇ ਲੋਕ ਆ ਲੁੱਟਾਂ ਖੋਹਾਂ ਕਰਦੇ ਆ, ਇਹ ਜ਼ਿਆਦਾ ਤੇ ਨਸ਼ਈ ਲੋਕ ਆ। ਇਹ ਮਤਲਬ ਸਮੈਕ, ਗੋਲੀ, ਗੱਟਾ ਸਭ ਕੁਝ ਖਾਈ ਜਾਂਦੇ ਆ। ਜਦੋਂ ਇਹਨਾਂ ਦੀ ਪੂਰਤੀ ਨਹੀਂ ਹੁੰਦੀ, ਘਰੋਂ ਪੈਸੇ ਨਹੀਂ ਮਿਲਦੇ, ਫਿਰ ਇਹੋ ਜਿਹੀਆਂ ਲੁੱਟਾਂ ਖੋਹਾਂ ਕਰਦੇ ਆ। ਜਾਂ ਕਿੱਥੋਂ, ਜਾਂ ਬਜ਼ੁਰਗ ਲੁੱਟ ਲਿਆ, ਜਾਂ ਚੰਗਾ ਲੁੱਟ ਲਿਆ, ਜਾਂ ਬੈਂਕਾਂ 'ਚ 1-2 ਬੰਦਾ ਖਲੋ ਰਹਿੰਦੇ ਆ, ਉਹਨਾਂ ਦਾ ਮਗਰ ਪਿੱਛਾ ਕਰਦੇ ਆ, ਫਿਰ ਇਹ ਖੋਹ ਲੈਂਦੇ ਆ। ਇਹ ਤਾਂ ਬਹੁਤ ਬਜ਼ੁਰਗ ਸੀ ਵਿਚਾਰੇ, ਮੈਂ ਨਾ ਘਬਰਾਏ ਹੋਏ, ਤਾਂ ਵੀ ਇਹ ਚੰਗੇ ਰਹੇ ਆ ਜਿਹੜੇ ਵਿਚਾਰੇ ਬਚ ਕੇ ਆ ਗਏ ਆ। ਪਰ ਇਹੋ ਜਿਹੇ ਲੋਕਾਂ ਨੂੰ ਕੋਈ ਨੱਥ ਪੈਣੀ ਚਾਹੀਦੀ ਆ, ਇਹਨਾਂ 'ਤੇ ਕੋਈ ਪ੍ਰਸ਼ਾਸਨ ਨੂੰ ਰੱਸਾ ਕੱਸਣਾ ਚਾਹੀਦਾ, ਪੁਲਿਸ ਨੂੰ। ਦੇਖੋ ਇਹ, ਵੇਖੋ ਬਹੁਤ ਤਕੜੀ ਗੱਲ ਆ, ਦਮਦਮੀ ਟਕਸਾਲ ਤਾਂ ਲਾਗੇ ਗੁਰਦੁਆਰਾ ਵਾ, ਉੱਥੇ ਸ਼ਹੀਦੀ ਸਮਾਗਮ ਚੱਲਣ ਡਿਆ, ਲੋਕ ਲੱਖਾਂ ਦੁਨੀਆਂ ਆ ਰਹੀ ਆ, ਜਾ ਰਹੀ ਆ, ਪਰ ਉਹਨਾਂ ਨੂੰ ਕਿਸੇ ਦਾ ਡਰ ਨਹੀਂ। ਉਹਨਾਂ ਲੋਕਾਂ ਨੂੰ ਇੰਨਾ ਮਤਲਬ ਅੰਦਰ ਆ, ਇੰਨੇ ਭੈ ਤੋਂ ਡਰਦੇ ਆ ਵੀ ਉਹਨਾਂ ਨੂੰ ਕੋਈ ਡਰ ਨਹੀਂ, ਕੋਈ ਆ ਜੇ ਉਹ ਆਪਣਾ ਜਿਹੜਾ ਕੰਮ ਉਹਨਾਂ ਕਰਨਾ, ਉਹਨਾਂ ਨੇ ਕਰਨਾ ਹੀ ਕਰਨਾ ਵਾ, ਲੁੱਟ ਖੋਹ ਕਰਨੀ ਕਰਨੀ ਆ, ਉਹ ਕਰਕੇ ਆਰਾਮ ਨਾਲ ਚਲੇ ਜਾਂਦੇ ਆ। ਉਹਨਾਂ ਦੀ ਕੋਈ ਨਹੀਂ, ਉਹਨਾਂ ਨੂੰ ਡਰ ਨਾ ਭੈ ਆ, ਉਹ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਜੀ, ਇਹਦੇ ਵਿੱਚ ਜਿਹੜਾ ਉਹ ਪੁਲਿਸ ਦੀ, ਪ੍ਰਸ਼ਾਸਨ ਦੀ ਜਿਹੜੀ ਆ ਉਹ ਢਿੱਲ ਆ, ਜਾਂ ਇਹ ਕੀ ਕਾਰਨ ਆ ਕਿ ਪੁਲਿਸ ਦੇ ਜਿਹੜਾ ਉੱਥੇ ਹੁੰਦਿਆਂ ਹੋਇਆ ਵੀ ਇਹ ਚੀਜ਼ ਨਹੀਂ ਰੁਕ ਰਹੀ?
ਵੇਖੋ ਜੀ, ਪੁਲਿਸ ਦੀ ਵੀ ਢਿੱਲ ਸਮਝ ਲਓ, ਪਰ ਢਿੱਲ ਵੀ ਨਹੀਂ ਉਹਨਾਂ ਕੋਲ, ਮੁਲਾਜ਼ਮ ਹੀ ਇੰਨੇ ਨਹੀਂ ਗੇ ਵੀ ਜਿਹੜੇ ਸੜਕਾਂ 'ਤੇ ਘੁੰਮਦੇ ਰਹਿਣ, ਅਤੇ ਮਤਲਬ ਇਹ ਸੜਕਾਂ ਦੇ ਉੱਤੇ ਇਹਨਾਂ ਕੋਲ ਟਾਈਮ ਹੈਗਾ, ਲਟੇਰਿਆਂ ਕੋਲ ਇਹ ਵਿਹਦੇ ਆ ਵੀ ਇੱਧਰ ਨੂੰ ਪੁਲਿਸ ਆਈ ਆ ਜਾਂ ਨਹੀਂ ਆਈ, ਇਹ ਟਾਈਮ ਵੇਖ ਕੇ ਲੋਟਾਂ ਖੁਵਾਂ ਕਰਦੇ ਆ। ਪੁਲਿਸ ਨੂੰ ਵੀ ਚਾਹੀਦਾ ਵਾ ਵੀ ਬਹੁਤ ਜ਼ਿਆਦਾ ਸਖਤੀ ਵਧਾਉਣੀ ਚਾਹੀਦੀ ਆ, ਜਿਹੜਾ ਪਰ ਇੱਕ ਬੰਦਾ ਇਹ ਫੜ ਲੈਂਦੇ ਆ ਨਾ, ਜੇ ਮੁੜ ਕੇ ਮਾਫ਼ ਕਰਨਾ ਇਹ ਪੈਸੇ ਲੈ ਕੇ ਵੀ ਪਤਾ ਲੱਗਦਾ ਛੱਡ ਦਿੰਦੇ ਆ, ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹਨੂੰ ਇਹ ਫੜਦੇ ਆ ਉਹਦੇ 'ਤੇ ਪੂਰਾ ਇਹੋ ਜਿਹਾ ਰਸਾ ਕੱਸਣਾ ਚਾਹੀਦਾ ਵਾ, ਉਹਨਾਂ ਨੂੰ ਗਾਂਹ ਪਤਾ ਲੱਗ ਜਾਵੇ, ਉਹਦੇ ਮਾਂ ਪਿਓ ਨੂੰ ਲੱਗ ਜਾਵੇ, ਪਰਿਵਾਰ ਨੂੰ ਪਤਾ ਲੱਗ ਜਾਵੇ ਵੀ ਇਹ ਕੰਮ ਮਾੜਾ ਵਾ, ਅਤੇ ਉਹਨਾਂ ਦੇ ਮੁੜ ਕੇ ਫਿਰ ਜਮਾਤ ਨਾ ਹੋਣ, ਉਹਨਾਂ ਨੂੰ ਸੀਤ ਆ ਜਾਵੇ ਅੰਦਰੇ, ਜੇ ਉਹ ਮਿਲੇ ਫਿਰ ਉਹਨਾਂ ਨੂੰ ਅੰਦਰੇ ਸਮੈਕਾਂ ਸੂਕਾਂ ਪੀਣ ਜਿੰਨੀ ਕੁ ਮਿਲਦੀ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ। ਬਿਲਕੁਲ, ਤੁਸੀਂ ਸਾਰਾ ਸੁਣਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੋਂ, ਇਹਨਾਂ ਬਜ਼ੁਰਗ ਦੇ ਕੋਲੋਂ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਇਹਨਾਂ ਨੂੰ ਰੋਕ ਕੇ ਜਿਹੜਾ ਹੈ ਇਹਨਾਂ ਦੇ ਕੋਲੋਂ 30 ਤੋਂ 32 ਹਜ਼ਾਰ ਰੁਪਏ ਦੀ ਜਿਹੜੀ ਲੁੱਟ ਆ ਇਹਨਾਂ ਦੇ ਨਾਲ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਦੱਸਿਆ ਹੈ ਕਿ ਉੱਥੇ ਦਮਦਮੀ ਟਕਸਾਲ ਮਹਿਤਾ ਜਿਹੜਾ ਹੈ ਉੱਥੇ ਇਸ ਵਕਤ ਸ਼ਹੀਦੀ ਸਮਾਗਮ ਵੀ ਚੱਲ ਰਹੇ ਨੇ, ਜਿਸ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸੁਰੱਖਿਆ ਦੇ ਮੱਦੇਨਜ਼ਰ ਜਿਹੜੀ ਹੈ ਪੁਲਿਸ ਆਪਣੀਆਂ ਡਿਊਟੀਆਂ ਦੇ ਉੱਪਰ ਬਿਲਕੁਲ ਤਾਇਨਾਤ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਕੇਵਲ 100 ਮੀਟਰ ਦੀ ਦੂਰੀ ਦੇ ਉੱਤੇ ਹੀ ਜਿਹੜਾ ਹੈ ਉਸ ਸਥਾਨ ਤੋਂ ਇਸ ਜਿਹੜੇ ਬਜ਼ੁਰਗ ਵਿਅਕਤੀ ਨੇ ਇਹਨਾਂ ਨੂੰ ਲੁੱਟ ਲਿਆ ਜਾਂਦਾ, ਤਾਂ ਬੜੇ ਵੱਡੇ ਜਿਹੜੇ ਇਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਵੀ ਖੜਾ ਕਰਦਾ ਹੈ ਕਿ ਪੁਲਿਸ ਉਸ ਵਕਤ ਕਿੱਥੇ ਸੀਗੀ ਜਿਹਨਾਂ ਦੇ ਵੱਲੋਂ ਇੰਨੇ ਦਾਅਵੇ ਕੀਤੇ ਜਾਂਦੇ ਨੇ ਕਿ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਅਸੀਂ ਬਹੁਤ ਵੱਡੇ ਪ੍ਰਬੰਧ ਕੀਤੇ ਨੇ। ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ, ਚੌਂਕ, ਅੰਮ੍ਰਿਤਸਰ।